ਸੱਦੀ ਨਹੀਂ ਬੁਲਾਈ, ਮੈਂ ਲੜੇ ਦਿੱਤਾ ਜੀ। 13 ਤਰੀਕ ਤੋਂ ਸਮਰਥਨ ਕਿਉਂ ਨਹੀਂ ਕਰਿਆ ਦੂਜੇ ਯੂਨੀਅਨ ਨਾਲ ਲੈਣਾ? 13 ਤਰੀਕ ਨੂੰ ਕਿਹਨੂੰ ਨੇ ਸਮਰਥਨ ਕੀਤਾ? ਦੂਜਾ ਯੂਨੀਅਨ ਨਾਲ ਜਿਵੇਂ ਚੱਲੀਆਂ ਨੇ ਵੀ ਬਾਰਡਰ, ਦਿੱਲੀ ਬਾਰਡਰ ਦੇ ਕੁਛ ਕਰੀਆਂ ਨੇ, ਸਿੰਘ ਬਾਰਡਰ ਲਈ ਜਾ। ਇਹ ਤਾਂ ਸਾਡੀ ਮਰਜ਼ੀ ਹੈ ਯਾਰ, ਅਸੀਂ 13 ਨੂੰ ਕਰੀਏ, 15 ਨੂੰ ਕਰੀਏ, ਕਦੋਂ ਸਮਰਥਨ ਕਰੇ? ਸਮਰਥਨ ਦਾ ਮਤਲਬ ਭਲਾ ਕੀ ਹੁੰਦਾ? ਜੇ ਤੁਸੀਂ ਕਹੋ ਵੀ ਇਹਨਾਂ ਦੇ ਮੇਜਰ ਕੇ ਘਰੇ ਬਿਆ, ਸਾਡੇ ਕਾਹਤੋਂ ਨਹੀਂ, ਫਿਰ ਇਹਦਾ ਕੀ ਜਵਾਬ ਦੇਈਏ ਤੁਹਾਨੂੰ? ਕਿਸੇ ਨੇ ਸੱਦਾ ਦਿੱਤਾ ਹੈ, ਸੱਦੀ ਨਹੀਂ ਬੁਲਾਈ, ਮੈਂ ਲੜੇ ਦਿੱਤਾ ਜੀ। ਸਮਰਥਨ ਨਹੀਂ ਕੀਤਾ, ਅਸੀਂ ਬੰਦ ਕਰ ਰਹੇ ਹਾਂ, ਬੰਦ ਕੀਤਾ, ਸੰਯੁਕਤ ਮੋਰਚੇ ਦੀ ਕਾਲ ਹੈ, ਟਰੇਡ ਯੂਨੀਅਨ ਨਾਲ ਰਲ ਕੇ ਸਾਂਝੀ ਕਾਲ ਹੈ ਇਹ, ਅਤੇ ਸਾਰਾ ਭਾਰਤ ਬੰਦ ਕੀਤਾ। ਤਕਰੀਬਨ ਪੰਜਾਬ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਮਿਲਿਆ, ਦੈਨ ਬਹੁਤ ਅਸੀਂ ਸਮਝਦੇ ਹਾਂ ਵੀ ਇਹ ਕਾਲ ਹੈ ਜਿਹੜੀ ਸਫਲ ਹੋਈ ਹੈ, ਇਹਦੀ ਚੰਗੀ ਗੱਲ। ਅਗਲਾ ਕੀ ਪ੍ਰੋਗਰਾਮ ਹੈ ਜੀ ਜਿਹੜਾ? ਅਗਲਾ ਪ੍ਰੋਗਰਾਮ ਤਾਂ ਸਾਡਾ ਸੰਯੁਕਤ ਮੋਰਚੇ ਦਾ ਕਿਸਾਨ ਜਥੇਬੰਦੀਆਂ ਨੇ ਦੇਣਾ ਹੁੰਦਾ ਸਾਂਝਾ, ਦੂਜਾ ਜੇ ਸਾਡੀ ਜਥੇਬੰਦੀ ਦਾ ਪੁੱਛਣਾ ਤਾਂ ਸਾਡਾ ਇਹ ਹੈ ਵੀ ਕੱਲ੍ਹ ਨੂੰ ਅਸੀਂ ਪੰਜਾਬ ਦੇ ਸਾਰੇ ਟੋਲ ਫਰੀ ਕਰ ਰਹੇ ਹਾਂ। ਇਹ ਸਿੰਘੂ 'ਤੇ ਜਿਹੜਾ ਜਬਰ ਹੋਇਆ, ਧੱਕਾ ਹੋਇਆ ਸੰਘੂ ਬਾਰਡਰ 'ਤੇ ਅਤੇ ਖਨੌਰੀ ਜਾਂ ਉੱਥੇ ਕੰਧਾਂ ਕੱਢ ਕੇ ਰੋਕਿਆ ਹੋਇਆ ਉਹਨਾਂ ਨੂੰ, ਅਸੀਂ ਇਸ ਧੱਕੇ ਦੇ ਖਿਲਾਫ਼ ਉਹ ਮੰਗਾਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਮੰਗਾਂ 'ਤੇ ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ, ਉਹਨਾਂ ਮੰਗਾਂ 'ਤੇ ਅਸੀਂ ਕੱਲ੍ਹ ਨੂੰ ਸਾਰੇ ਪੰਜਾਬ ਦੇ ਟੋਲ ਫਰੀ ਕਰ ਰਹੇ ਹਾਂ। ਕਿੰਨੇ ਵਜੇ ਤੋਂ ਕਿੰਨੇ ਵਜੇ? ਤਿੰਨ ਜਗ੍ਹਾ 'ਤੇ ਅਸੀਂ ਤਿੰਨ ਬੰਦੇ ਜਿਹੜੇ BJP ਦੇ ਆਗੂ ਹੈ, ਜਿਹਦੇ 'ਚ ਉਹਨਾਂ ਦਾ ਪ੍ਰਧਾਨ ਹੈ ਸੁਨੀਲ ਜਾਖੜ, ਕੈਪਟਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿੱਲੋਂ, ਇਹ ਤਿੰਨਾਂ ਦੇ ਘਰਾਂ ਮੂਹਰੇ ਦੋ ਦਿਨਾਂ ਦੇ ਧਰਨੇ ਵੀ ਇਸ ਕਰਕੇ ਲਾ ਰਿਹਾ ਕਿਉਂਕਿ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਕੱਲ੍ਹ ਨੂੰ ਸ਼ਾਮ ਨੂੰ, ਉਹ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਉਸ ਨੂੰ ਉਡੀਕਦੇ ਹੋਏ, ਉਦੋਂ ਬਾਅਦ ਜਿਹੜਾ ਸੰਯੁਕਤ ਮੋਰਚੇ ਦਾ ਫੈਸਲਾ ਉਹ ਲਾਗੂ ਕਰਾਂਗੇ। ਉਹਨਾਂ ਚਿਰ ਦੋ ਦਿਨਾਂ ਵਾਸਤੇ ਸਾਰੇ ਟੋਲ ਫਰੀ, ਤਿੰਨ ਬੰਦੇ, ਤਿੰਨ ਆਗੂ BJP ਦੇ, ਉਹ ਮੈਂ ਗਿਣਿਆ ਗਿਆ, ਇਹਨਾਂ ਦੇ ਘਰਾਂ ਮੂਹਰੇ ਅਸੀਂ ਕੱਲ੍ਹ ਤੋਂ ਬੈਠ। ਜੇਕਰ ਗੱਲ ਕਰੀਏ ਜੀ ਗਰਾਹਾਂ ਜੀ ਨੇ 13 ਤਰੀਕ ਤੋਂ ਸਮਰਥਨ ਕਿਉਂ ਨਹੀਂ ਕਰਿਆ ਦੂਜੇ ਯੂਨੀਅਨ ਨਾਲ ਲੈਣਾ? 13 ਤਰੀਕ ਨੂੰ ਕਿਹਨੂੰ ਨੇ ਸਮਰਥਨ ਕੀਤਾ? ਦੂਜਾ ਯੂਨੀਅਨ ਨਾਲ ਜਿਵੇਂ ਚੱਲੀਆਂ ਨੇ ਵੀ ਬਾਰਡਰ, ਦਿੱਲੀ ਬਾਰਡਰ ਦੇ ਕੁਛ ਕਰੀਆਂ ਨੇ, ਸਿੰਘ ਬਾਰਡਰ ਲਈ ਜਾ। ਇਹ ਤਾਂ ਸਾਡੀ ਮਰਜ਼ੀ ਹੈ ਯਾਰ, ਅਸੀਂ 13 ਨੂੰ ਕਰੀਏ, 15 ਨੂੰ ਕਰੀਏ, ਕਦੋਂ ਸਮਰਥਨ ਕਰੇ? ਸਮਰਥਨ ਦਾ ਮਤਲਬ ਭਲਾ ਕੀ ਹੁੰਦਾ? ਜੇ ਤੁਸੀਂ ਕਹੋ ਵੀ ਇਹਨਾਂ ਦੇ ਮੇਜਰ ਕੇ ਘਰੇ ਬਿਆ, ਸਾਡੇ ਕਾਹਤੋਂ ਨਹੀਂ, ਫਿਰ ਇਹਦਾ ਕੀ ਜਵਾਬ ਦੇਈਏ ਤੁਹਾਨੂੰ? ਕਿਸੇ ਨੇ ਸੱਦਾ ਦਿੱਤਾ ਹੈ, ਸੱਦੀ ਨਹੀਂ ਬੁਲਾਈ, ਮੈਂ ਲੜੇ ਦਿੱਤਾ ਜੀ। ਅਗਲਿਆਂ ਨੇ ਸਾਨੂੰ ਬੁਲਾਇਆ ਨਹੀਂ, ਸਾਨੂੰ ਲੋੜ ਨਹੀਂ, ਖੰਘਾ ਨਹੀਂ ਦਿੰਦੇ ਉੱਥੇ। ਹੁਣ ਸਾਡਾ ਇੱਕ ਹਰਿਆਣੇ ਦਾ ਆਗੂ ਗਿਆ, ਉਹਦੀ ਗੱਡੀ ਦੇ ਸ਼ੀਸ਼ੇ ਭੰਨਤੇ, ਉਹਨਾਂ ਨਾਲ ਕੋਈ ਗੱਲ ਨਹੀਂ ਕਰੀ, ਉਹ ਗਏ ਸੀ ਸਮਰਥਨ ਪੁੱਛਣ। ਇਹੋ ਜਿਹਾ ਤਾਂ ਸਮਰਥਨ ਉੱਥੇ ਹੁੰਦਾ, ਇੱਕ ਕਹਿੰਦੇ ਪੱਤਰਕਾਰ ਗਿਆ, ਤੁਹਾਡੇ ਹੀ ਭਾਈ ਸੀਗਾ ਉਹ, ਉਹਦੇ ਕੱਪੜੇ ਪਾੜਤੇ, ਉਹਦਾ ਮੋਬਾਈਲ ਖੋਲ੍ਹਿਆ, ਇੱਕ ਇਹਦਾ ਪਤਾ ਨਹੀਂ, ਮੈਂ ਤਾਂ ਸੁਣਿਆ ਵੀ ਇੱਕ ਕਾਂਗਰਸ ਦਾ ਆਗੂ ਗਿਆ, ਉਹਦੇ ਨਾਲ ਧੱਕਾ ਮੁੱਕੀ ਕਰਤੀ। ਹਾਲਤਾਂ ਤਾਂ ਉੱਥੇ ਅਈਆਂ ਜਿਹਾਂ ਬਣੀਆਂ ਖੜੀਆਂ ਨੇ ਕਿ ਅਸੀਂ ਉੱਥੇ ਜਾਵਾਂਗੇ, ਅਸੀਂ ਗਾਲਾਂ ਖਾਣ ਜਾਣਾ ਉੱਥੇ? ਹਾਂ, ਅਸੀਂ ਇਹ ਸਮਝਦੇ ਹਾਂ ਉਹ ਕੌਣ ਨੇ, ਉਹ ਕੀ ਨੇ, ਉਹ ਕਿਹੜੀਆਂ ਜਥੇਬੰਦੀਆਂ ਨੇ, ਉਹ ਕਿਹਦੇ ਨਾਲ ਨੇ, ਇਹ ਗੱਲ ਦਾ ਸਵਾਲ ਨਹੀਂ। ਉਹ ਕਿਹੜੀ ਗੱਲ ਵਾਸਤੇ ਕਰੀਆਂ ਨੇ, ਉਸ ਗੱਲ ਦੇ ਉੱਤੇ, ਉਸ ਜਬਰ ਦਾ, ਉਹ ਸਰਕਾਰ ਦੇ ਰਵੱਈਏ ਦਾ, ਉਹਦਾ ਅਸੀਂ ਨਿੰਦਿਆ ਕਰਦੇ ਹਾਂ, ਉਹਦਾ ਵਿਰੋਧ ਕਰਦੇ ਹਾਂ, ਉਹਦੀ ਖਾਤਰ ਲੜਾਂਗੇ, ਉਹ ਸਾਡਾ ਸਾਰਿਆਂ ਦਾ ਅਧਿਕਾਰ ਹੈ, ਉਹ ਅੱਜ ਉਹਨਾਂ 'ਤੇ ਹੋ ਰਿਹਾ, ਕੱਲ੍ਹ ਨੂੰ ਸਾਡੇ 'ਤੇ ਹੋਊ, ਇਹਦਾ ਅਸੀਂ ਵਿਰੋਧ ਕਰ ਰਹੇ। ਸ਼ੰਭੂ ਬਾਰਡਰ ਪਤਾ ਨਹੀਂ ਸਾਨੂੰ, ਠੀਕ ਹੈ, ਇੱਕ 17 ਤੋਂ ਬਾਅਦ ਤੁਸੀਂ ਕਿਹਾ ਸੀ ਕਿ 17 ਨੂੰ ਅਸੀਂ ਫੈਸਲਾ ਲਵਾਂਗੇ, ਅਸੀਂ ਵੀ ਕੇਂਦਰ ਸਰਕਾਰ ਨਾਲ ਦੋ ਹੱਥ ਦੇਖਾਂਗੇ, ਇਹ ਕੱਲ੍ਹ ਦੀ ਸਟੇਟਮੈਂਟ ਸੀ ਤੁਹਾਡੀ। ਇਹ ਤਾਂ ਮੇਰਾ ਅੱਜ ਕਹਿਤਾ, ਮੈਂ ਤਾਂ 17 ਵਜੇ ਕੱਲ੍ਹ ਨੂੰ ਆਉਣੀ ਹੈ, ਮੈਂ ਤਾਂ ਅੱਜ ਤੁਹਾਨੂੰ ਕਹੀ ਜਾਂਦਾ ਵੀ ਇਸ ਤਾਂ ਫੈਸਲਾ ਕਰ ਲਿਆ, ਅਸੀਂ ਫੈਸਲਾ ਕਰਕੇ ਫੈਸਲਾ ਕਰ ਲਿਆ ਵੀ ਜਿਹੜਾ 24 ਤਰੀਕ ਦਾ ਸਾਡਾ ਮੋਰਚਾ ਰੱਖਿਆ ਹੋਇਆ ਸੀ ਚੰਡੀਗੜ੍ਹ, ਅਣਮਿੱਥੇ ਸਮੇਂ ਦਾ ਪੱਕਾ ਮੋਰਚਾ ਲਾਉਣ ਦੀ ਸਲਾਹ ਸੀ ਪੰਜਾਬ ਵਾਲੀਆਂ ਮੰਗਾਂ, ਉਹ ਅਸੀਂ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਕਰਤਾ, ਇੱਕ ਫੈਸਲਾ ਤਾਂ ਅਸੀਂ ਇਹ ਲਿਆ। ਦੂਜਾ ਫੈਸਲਾ ਅਸੀਂ ਲਿਆ ਸਾਰੇ ਪੰਜਾਬ ਦੇ ਟੋਲ ਫਰੀ ਕਰਾਂਗੇ ਅਤੇ ਇਹ ਤਿੰਨ ਆਗੂਆਂ ਦੇ ਘਰਾਂ 'ਚ ਬੈਠੇ ਦੋ ਦਿਨ ਲਈ ਹੋਣਗੇ, ਦੋ ਦਿਨ ਬਾਅਦ, ਕਿਉਂਕਿ ਅਸੀਂ ਸੰਯੁਕਤ ਰਾਸ਼ਟਰ ਮੋਰਚੇ ਦਾ ਪ੍ਰੋਗਰਾਮ ਦੇਖਣਾ, ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈਗਾ ਦੋ ਦਿਨਾਂ ਤੋਂ ਬਾਅਦ, ਜਿਹੜਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਉਹ ਵੀ ਲਾਗੂ ਕਰਾਂਗੇ, ਫਿਰ ਸਾਡੀ ਜਥੇਬੰਦੀ ਨੂੰ ਆਪ ਨੂੰ ਕੀ ਲੱਗਦਾ ਇਹ ਅਸੀਂ ਆਜ਼ਾਦ ਹਾਂ, ਉਹਦੇ ਤੌਰ 'ਤੇ ਫਿਰ ਅਸੀਂ ਆਪ ਵੀ ਕਰਾਂਗੇ।